ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਮੈਂ ਵੇਖ ਪਾ ਰਿਹਾ ਕਾਫੀ ਸਾਰੀ ਕਾਲਸ ਇਸ ਟਾਈਮ ਕਿਊ ਦੇ ਵਿੱਚ ਨੇ, ਬਹੁਤ ਲੰਬੇ ਸਮੇਂ ਤੋਂ ਅਸੀਂ ਕਿਊ ਦੇ ਵਿੱਚ ਪਾਈ ਹੋਈ ਹੈ, ਉਹਨਾਂ ਦੇ ਵੀ ਵਿਚਾਰ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਦੇ ਮੁੱਦੇ ਦੇ ਮੁਤਲਕ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ। ਪਰਮਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਕਰਨਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਜੋ ਆਪਾਂ ਨਾ ਇਹ ਫਿਲਮ ਦੇਖੀ ਆ, ਬੜਾ ਦੁੱਖ ਪਹੁੰਚਾ ਜੀ ਦੇਖ ਕੇ ਜੀ, ਕਿਉਂਕਿ ਜੇਕਰ ਕੋਈ ਸਿੱਖ ਨੂੰ ਕੁਛ ਕਵੇ ਕੋਈ ਬੰਦਾ ਵੀ ਤਾਂ ਆਪਾਂ ਨੂੰ ਬਹੁਤ ਦੁੱਖ ਲੱਗਦਾ ਜੀ। ਤੇ ਲੇਕਿਨ ਉਹ ਜੇ ਇਹ ਹਮਲਾ ਜਾਂ ਇਹ ਗਲਤ ਚੀਜ਼ਾਂ ਸਿੱਖਾਂ ਦੇ ਹੱਥੇ ਹੋਣ ਜੀ, ਫਿਰ ਤਾਂ ਬਹੁਤ ਹੀ ਮਾੜੀ ਗੱਲ ਆ। ਤੇ ਉਹਦੇ ਤੋਂ ਆਪਾਂ ਨੂੰ ਇਹ ਵੀ ਦੱਸਦਾ ਉਹ ਲੋਕ ਇਹਨਾਂ ਦੇ ਦਿਮਾਗ ਕਿੱਥੇ ਹੈਗੇ ਆ, ਇਹ ਕੀ ਕਰ ਸਕਦੇ ਆ ਜੀ, ਜਿਹੜੇ ਇੰਨੀ ਗੱਲ ਤੇ ਉੱਤੇ ਕਿ ਮੇਰਾ ਖਿਆਲ ਹੈ ਮਨਜੀਤ ਸਿੰਘ ਜੀ ਨੇ ਬਹੁਤ ਸੋਹਣੀਆਂ ਉਸ ਦਿਨ ਗੱਲਾਂ ਕੀਤੀਆਂ ਜੀ, ਤੇ ਉਹਨਾਂ ਦੀ ਦਿੱਲੀ ਵਿੱਚ ਵੀ ਕੰਮ ਬੜੇ ਸ਼ਲਾਘਾ ਜੋ ਗਿਆ ਜੀ। ਤੇ ਹੋ ਸਕਦਾ ਜੇ ਕੋਈ ਬੰਦਾ ਨਹੀਂ ਵੀ ਸਾਡੇ ਨਾਲ ਸਹਿਮਤ ਤਾਂ ਆਪਣਾ ਪੱਖ ਦੱਸ ਸਕਦੇ ਆ, ਪ੍ਰੈਸ ਖੁੱਲੀ, ਤੁਹਾਡੇ ਫੋਨ ਕਾਲਾਂ ਖੁੱਲੀਆਂ ਆ, ਪ੍ਰੈਸ ਖੁੱਲੀ ਆ, ਉਹਨਾਂ ਦੇ ਆਪਣੇ ਕੋਲ ਵੀ ਸਜਾਉਣਗੇ ਹਾਂਜੀ। ਸੋ ਇਹ ਬਹੁਤ ਹੀ ਮੰਦਭਾਗੀ ਚੀਜ਼ ਆ। ਮੈਂ ਕਹਿੰਦਾ ਇਹਨਾਂ ਵੀਰਾਂ ਨੂੰ ਕਿ ਸੋਚੋ ਤੁਹਾਡਾ ਵਿਰਸਾ ਕੀ ਆ, ਤੁਸੀਂ ਸਿੱਖਾਂ ਦੇ ਬੱਚੇ ਆ, ਜੋ ਚੀਜ਼ਾਂ ਇਹਨਾਂ ਦੇ ਬਾਰੇ ਕਹੀਆਂ ਗਈਆਂ ਕਿ ਇਹ ਸ਼ਰਾਬੀ ਹੋ ਕੇ ਇੱਦਾਂ ਹਮਲਾ ਕੀਤੇ ਆ, ਤੁਸੀਂ ਦੇਖੋ ਉਹਨਾਂ ਨੇ ਆਪਣੇ ਆਪ ਨੂੰ ਕਿੰਨਾ ਨੀਵਾਂ ਕਰ ਲਿਆ। ਸੋ ਉਹ ਵੀ ਤੇ ਇੱਦਾਂ ਦੇ ਜਿਹੜੇ ਖਿਆਲ ਰੱਖਣ ਵਾਲੇ ਆ ਉਹ ਜ਼ਰੂਰ ਕਿਰਪਾ ਕਰਕੇ ਸੋਚਣ ਕਿ ਤੁਸੀਂ ਸਿੱਖਾਂ ਦੇ ਵਿਰਸੇ ਨੂੰ ਸੰਭਾਲਣਾ ਆ। ਤੇ ਉਹ ਵੀ ਸਪੈਸ਼ਲੀ ਇੱਦਾਂ ਦੇ ਬਾਹਰਲੇ ਦੇਸ਼ਾਂ ਜਾ ਕੇ ਆਪਾਂ ਸਿੱਖਿਆ ਕੀ ਫੇ, ਤੇ ਉਹ ਵੀ ਜਦੋਂ ਕੋਈ ਸਾਡੇ ਦੇਸ਼ ਤੋਂ ਬੰਦਾ ਆਵੇ ਉਹ ਜਾ ਕੇ ਕੀ ਦੱਸੂਗਾ ਆਪਣੇ ਬਾਰੇ ਕਿ ਆਪਾਂ ਉੱਥੇ ਜਾ ਕੇ ਕਿੱਦਾਂ ਦਿੰਦੇ ਆ, ਅਸੀਂ ਕੀ ਸਿੱਖਿਆ, ਸਾਡੀ ਜਿਹੜੀ ਦਿਮਾਗੀ ਤੌਰ ਤੇ ਅਸੀਂ ਕਿੰਨੇ ਕੁ ਇੰਪਰੂਵ ਹੋਏ ਆ। ਮਤਲਬ ਕਹਿਣ ਦਾ ਭਾਵ ਉਹ ਹੈ ਕਿ ਯੂ ਆਰ ਡਰੰਕ, ਯੂ ਆਰ ਐਡਿਕਟਡ ਟੂ ਡਰੱਗਸ and you are not in sikhi and you're talking about khalistan and you're talking about something that thing kayan de kanna ch mundra paiyan hoyi hai tusi ki project karna chahnde ho, what kind of khalistan you want this kind of khalistan where you are drunk and you are addicted to drugs। haan ji te acha eh vi aa eh to eh vi dasde aa ke je oh mann lo idda de bande agge aa vi jaan kise desh nu kinna ch chala lenge ki karnge oh ji 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 kyunki agar vichar tade na nahi milde da matlab eh nahi ki unna te hamla kar de oh vicharan nu jitto ji haan te acha ਇਹਨਾਂ ਵਾਸਤੇ ਸਾਰੀ ਸਟੇਜ ਖੁੱਲੀ ਆ, ਅਮਰੀਕਾ ਚ ਇੰਗਲੈਂਡ ਜਿੱਥੇ ਮਰਜ਼ੀ ਕੁਛ ਕਰਕੇ ਦਿਖਾਓ, ਲੋਕਾਂ ਨੇ ਆਪਣੇ ਤੁਹਾਡੇ ਪਿੱਛੇ ਆ ਜਾਣਾ, ਸੇਵਾ ਕਰੋ ਲੋਕਾਂ ਦੀ, ਜਿੱਥੇ ਜਿਹੜੇ ਮੁੱਦੇ ਆ ਉਹਨਾਂ ਨੂੰ ਠੀਕ ਕਰੋ, ਜਿਹੜੇ ਮਾਮਲੇ ਆ ਉਹਨਾਂ ਦੀ ਹੈਲਪ ਕਰੋ ਲੋਕਾਂ ਦੀ, ਆਪਣੇ ਲੋਕਾਂ ਨੇ ਤੁਹਾਨੂੰ ਹੀਰੋ ਬਣਾ ਲੈਣਾ। ਸੋ ਬੜੀ ਮੰਦਭਾਗੀ ਚੀਜ਼ ਆ, ਹੋਪ ਏਦਾਂ ਦੀ ਆਪਾਂ ਨੂੰ ਮੁੜ ਕੇ ਘਟਨਾ ਕੋਈ ਨਾ ਕਰੇ, ਤੇ ਤੁਸੀਂ ਜੋ ਆਪਣਾ ਕੰਮ ਕਰਦੇ ਆ ਤੁਹਾਡੀ ਸ਼ਾਬਾਸ਼, ਤੁਸੀਂ ਆਪਣਾ ਆਜ਼ਾਦੀ ਲਈ ਲੜਦੇ ਜਾਓ, ਕਦੀ ਬਹੁਤ ਵਧੀਆ, ਅੱਛੀ ਗੱਲ ਆ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। I would like to have your comments on this. ਦੇਖੋ ਅਰਕੀਰਤ, ਜਦੋਂ ਤੁਸੀਂ ਕਿਸੇ ਸਪੌਂਸਰਡ ਏਜੰਡਾ ਦੇ ਲਈ ਕੰਮ ਕਰਦੇ ਹੋ, ਵੈਨ ਯੂ ਹੈਵ ਸਮ ਸਪੌਂਸਰਡ ਮੋਡਸ ਆਪਰੈਂਡੀ, ਕਿਸੇ ਦਾ ਕੁਛ ਹੋਰ ਚੀਜ਼ ਹੈ, ਸਪੌਂਸਰਡ ਲੋਜਿਸਟਿਕਸ ਨੂੰ ਲੈ ਕੇ ਕੰਮ ਕਰਦੇ ਹੋ, ਐਂਡ ਯੂ ਹੈਵ ਹਾਇਰਡ ਐਲੀਮੈਂਟਸ, ਅਤੇ ਸਾਰੀ ਮੂਵਮੈਂਟ ਦਾ ਇਸ ਹਾਲ ਤੱਕ ਪਹੁੰਚਣਾ ਜਾਇਜ਼ ਹੈ, ਜਾਇਜ਼ ਵੀ ਕਹਿ ਲਓ ਕਿ ਇਸ ਹਾਲ ਤੱਕ ਆਉਂਦੀ, ਬਿਕੋਜ਼ ਯੂ ਹੈਵ ਹਾਇਰਡ ਐਲੀਮੈਂਟਸ, ਯੂ ਹੈਵ ਅ ਸਪੌਂਸਰਡ ਏਜੰਡਾ, ਸਭ ਨੂੰ ਪਤਾ ਪਾਕਿਸਤਾਨ ISI ਦਾ ਕੀ ਰੋਲ ਹੈ ਪੂਰੇ ਚੀਜ਼ ਦੇ ਵਿੱਚ, ਅਤੇ ਉਹ ਇੱਕ ਸੀਰੀਅਸਨੈਸ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਇੱਕ ਸੈਂਸਿਟਿਵ ਮੁੱਦਾ, ਉਹਨੂੰ ਸੈਂਸਿਟਿਵ ਲੜਾਈ ਨੂੰ ਸੈਂਸਿਟਿਵਿਟੀ ਨਾਲ ਲੜੋ, ਪੂਰੀ ਸੰਜੀਦਗੀ ਨਾਲ ਲੜੋ। ਹੁਣ ਤੁਹਾਨੂੰ ਅਗਰ ਕਿਸੇ ਬੰਦੇ ਤੋਂ ਪ੍ਰੋਬਲਮ ਹੈ, ਉਹਦੇ ਨਾਲ ਕੋਈ ਤਾਂ ਐਤ ਨਹੀਂ, ਉਹਦੀ ਕਾਰ 'ਤੇ ਜੁੱਤੀਆਂ ਮਾਰੋ, ਉਹਨਾਂ ਦੇ ਕਾਰ, ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਨੇ, ਲੇਡੀਜ਼ ਨੇ, ਉਹਨਾਂ ਨਾਲ ਮਿਸਬਿਹੇਵ ਕਰੋ, ਉਹਨਾਂ ਨੂੰ ਗਾਲਾਂ ਕੱਢੋ। ਸੋ ਦਿਸ ਇਜ਼ ਨੋਟ ਦਾ ਵੇ ਟੂ ਡੂ ਇਟ, ਇਟ ਇਜ਼ ਨੋਟ ਟੂ ਬੀ ਡਨ ਦੈਟ ਵੇ, ਬਟ ਵੰਸ ਯੂ ਆਰ ਵਰਕਿੰਗ ਵਿਦ ਸਪੌਂਸਰਡ ਏਜੰਡਾ, ਸਪੌਂਸਰਡ ਲੋਜਿਸਟਿਕਸ, ਤਾਂ ਫਿਰ ਸਾਰੀ ਚੀਜ਼ਾਂ ਹੇਵਾਇਰ ਹੋ ਜਾਂਦੀਆਂ, ਅਤੇ ਦਿਸ ਇਜ਼ ਵਾਟ ਹੈਜ਼ ਹੈਪਨਡ ਵਿਦ ਦਿਸ ਮੂਵਮੈਂਟ ਰਾਈਟ ਨਾਓ। ਇਨਡੀਡ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੰਜੋ ਬੋਲਦਾ, ਜੀ ਬੋਲਦਾ। ਪੁਰਾਣੇ ਜਦੋਂ ਸ਼ਹਿਨ ਸਾਹਿਬ ਬੈਠਦਾ ਸੀ, ਉਹਨਾਂ ਦੇ ਜਨਰਲ ਕਵੀ ਹੁੰਦੇ ਸੀ, ਡਾਂਸ ਹੁੰਦੇ ਸੀ, ਕੀਮਤੇ ਅਤੇ ਮੀਡੀਆ ਦੇ ਘੋੜਿਆਂ ਅਤੇ ਬਰਡਸ 'ਤੇ, ਆਖਿਰ ਬਰਡਸ ਵੀ ਖਤਮ ਹੋਏ, ਘੋੜੇ ਵੀ ਖਤਮ ਹੋਏ, ਮੀਡੀਆ ਹੁਣ ਸਕਾਈ 'ਤੇ, ਆਕਾਸ਼ਵਾਣੀ ਹੈ, ਇਸ ਸਕਾਈ ਚੈਨਲ 'ਤੇ ਹੋ ਰਹੀ ਹੈ ਲਾਈਵ। ਸੁਰਿੰਦਰ ਸਿੰਘ ਜੀ, ਮੈਂ ਦਰਖਾਸਤ ਕਰਾਂਗਾ ਕਿ ਜਿਹੜਾ ਮੁੱਦਾ ਤੁਸੀਂ ਉਸ ਮੁਤਲਕ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਆ ਕਰੋ, ਤਾਂ ਕਿ ਅਸੀਂ ਜਿਸ ਬਾਰੇ ਵਿਚਾਰ ਕਰ ਰਹੇ ਹਾਂ ਉਹ ਕਨਕਲੂਜਨ ਅਸੀਂ ਕੱਢ ਸਕੀਏ। ਔਰ ਕੋਸ਼ਿਸ਼ ਅੱਜ ਸਾਡੀ ਇਹੀ ਰਹੀ ਸੀਗੀ ਕਿ ਅਸੀਂ ਤੁਹਾਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਸ ਤਰੀਕੇ ਨਾਲ ਜਸਟ ਬ੍ਰੋਡਕਾਸਟਿੰਗ ਦੀ ਟੀਮ ਨਿਰਪੱਖ ਗੱਲਾਂ ਕਰਦਾ ਹੋਇਆ ਆ ਰਿਹਾ, ਉਹ ਹਰ ਕਿਸੇ ਨੂੰ ਇੱਥੇ ਸੱਦਾ ਦੇਵੇਗਾ ਔਰ ਉਸ ਤੋਂ ਉਹ ਸਵਾਲ ਜਾਣਨ ਦੀ ਕੋਸ਼ਿਸ਼ ਕਰੇਗਾ। ਜਿਹੜੇ ਲੋਕ ਇਸ ਏਜੰਡੇ ਦੇ ਉੱਤੇ ਕੰਮ ਕਰ ਰਹੇ ਨੇ, ਸਪੌਂਸਰਡ ਏਜੰਡੇ ਦੇ ਉੱਤੇ ਕੰਮ ਕਰ ਰਹੇ ਨੇ, ਉਹ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ, ਸਾਡੇ ਹੌਸਲਿਆਂ ਨੂੰ ਖਤਮ ਨਹੀਂ ਕਰ ਸਕਦੇ। ਅਸੀਂ ਆਪਣੀ ਇਸੀ ਆਵਾਜ਼ ਦੇ ਨਾਲ ਔਰ ਅਸੀਂ ਇਸੀ ਹੌਸਲੇ ਦੇ ਨਾਲ ਕੰਮ ਕਰਦੇ ਰਹਾਂਗੇ ਔਰ ਤੁਹਾਡੇ ਸਾਹਮਣੇ ਨਿਰਪੱਖ ਪੱਤਰਕਾਰਿਤਾ
ਕਰਦੇ ਰਵਾਂਗੇ। ਅੱਜ ਇਹ ਉਹਨਾਂ ਸਪੋਂਸਰਡ ਏਜੰਡਿਆਂ ਨੂੰ ਸਪੋਂਸਰਡ ਲੋਕਾਂ ਨੂੰ ਖੁੱਲ੍ਹੀ ਚੁਣੌਤੀ ਹੈ ਕਿ ਜੇਕਰ ਤੁਸੀਂ ਸਾਡੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਹੋ ਤਾਂ ਆਓ ਕਰੋ ਸਾਡੇ ਨਾਲ ਬਹਿ ਕੇ ਇਸ ਸਟੇਜ ਦੇ ਉੱਤੇ। ਅੱਜ ਦਾ ਮੁੱਦਾ ਮੈਂ ਸੀਗਾ ਹਰਕਿਰਤ ਸਿੰਘ ਆਹਲੂਵਾਲੀਆ, ਨਵੀਨ ਸ਼ਰਮਾ ਜੀ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਸਤਿ ਸ਼੍ਰੀ ਅਕਾਲ।